ਯਾਰ ਮੈਨੂੰ ਤਾਂ ਖੇਕਾ ਮਾਰ ਰਹੇ ਯਾਰ, ਮੈਨੂੰ ਤਾਂ ਖੇਕਾ ਮਾਰ ਰਹੇ ਯਾਰ ਤੁਸੀਂ ਯਾਰ, ਨਹੀਂ ਮਾਰ ਰਹੇ ਹੋਰ ਕੀ ਕਰ ਰਹੇ ਯਾਰ, ਮੈਂ ਕਿਉਂ ਰੁਕਾ ਯਾਰ, ਕਾਹਦੇ ਬਾਅਦ ਰੁਕਾ ਮੈਂ ਕਿਉਂ ਰੁਕਾ ਯਾਰ, ਮੇਰਾ ਕਿਉਂ ਯਾਰ, ਮੈਨੂੰ ਥਾਣੇ ਬੰਦ ਕਰ ਰਹੇ ਯਾਰ, ਥਾਣੇ ਬੰਦ ਕਰ ਯਾਰ, ਮੈਨੂੰ ਥਾਣੇ ਕਰਾਉਂਦੇ, ਥਾਣੇ ਬੰਦ ਕਰੋ ਯਾਰ, ਮੈਨੂੰ ਮੇਰੇ ਨਾਲ ਕੋਈ ਬਦਮਾਸ਼ੀ ਨਾ ਕਰੋ ਮੇਰੇ ਨਾਲ, ਹਾਂ ਅਸੀਂ ਪਬਲਿਕ ਮੈਨ ਨਾ ਸੀ, ਤੁਹਾਨੂੰ ਰੁਕਾ ਜੋ ਥੋੜੇ ਢਾਈ ਨੂੰ ਯਾਰ, ਮੈਨੂੰ ਕਰ ਬੰਦ ਬੰਦ ਕੀਤੇ ਜਾ ਰਹੇ ਯਾਰ, ਨਹੀਂ ਮੇਰਾ ਮੇਰਾ ਭਲੇ ਲੈ ਕੇ ਦਾ ਵਾਸਤੇ ਮੇਰੇ ਪਰ ਅੜੀਕਾ ਦਵਾਦੇ ਆ ਯਾਰ, ਨਾਲ ਰੋਜ਼ ਤੁਹਾਡਾ ਬਿੱਧਾ ਪਾਇਆ ਤੁਸੀਂ ਰੋਜ਼ ਦਾ, ਅਸੀਂ ਕੰਮ ਨਹੀਂ ਕਰ ਰਿਹਾ ਕੋਈ, ਤੁਹਾਨੂੰ ਤਨਖਾਹ ਆ ਰਹੀ ਹੈ, ਸਾਨੂੰ ਕਿਹੜੀ ਤਨਖਾਹ ਆ ਰਹੀ ਹੈ ਦੱਸੋ। ਗੁਰਸਿਮਰਨ ਸਿੰਘ ਮਾਨ ਨੂੰ ਪੁਲਿਸ ਨੇ ਨਗਰ ਕੀਰਤਨ ਤੇ ਜਾਣ ਤੋਂ ਰੋਕਿਆ। ਗੁੱਸੇ 'ਚ ਭੜਕਿਆ ਮੰਡ ਗਲੀ ਦੇ ਵਿੱਚ ਹੀ ਬੈਠ ਗਿਆ ਇਤਰਾਜ਼ਯੋਗ ਹਾਲਤ ਦੇ ਵਿੱਚ। ਕਿ ਸੱਚਮੁੱਚ ਪੁਲਿਸ ਨੇ ਗੁਰਸਿਮਰਨ ਸਿੰਘ ਮੰਡ ਨੂੰ ਕੀਤਾ ਨਜ਼ਰਬੰਦ। ਗਲੀ ਦੇ ਵਿੱਚ ਹੋਇਆ ਕਾਫੀ ਹਾਈ ਵੋਲਟੇਜ ਡਰਾਮਾ। ਸੋਸ਼ਲ ਮੀਡੀਆ ਤੇ ਗੁਰਸਿਮਰਨ ਸਿੰਘ ਮੰਡ ਦੀ ਕਾਫੀ ਹਾਈ ਵੋਲਟੇਜ ਡਰਾਮੇ ਦੀ ਵੀਡੀਓ ਨੇ ਤਹਿਲਕਾ ਮਚਾ ਕੇ ਰੱਖਿਆ ਹੋਇਆ। ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਗੁਰਸਿਮਰਨ ਸਿੰਘ ਮੰਡ ਜੋ ਕਿ ਨਗਰ ਕੀਰਤਨ ਤੇ ਜਾਣ ਲੱਗਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ, ਜਿਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਗੁਰਸਿਮਰਨ ਸਿੰਘ ਮੰਡ ਦੇ ਵੱਲੋਂ ਕੀਤਾ ਜਾਂਦਾ ਇਹ ਕਿਹਾ ਜਾ ਸਕਦਾ, ਕਿਉਂਕਿ ਗਲੀ ਦੇ ਵਿੱਚ ਹੀ ਉਹ ਇਤਰਾਜ਼ਯੋਗ ਹਾਲਤ ਦੇ ਵਿੱਚ ਬੈਠ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਆਰੋਪ ਲਗਾਏ ਜਾਂਦੇ ਨੇ ਪੁਲਿਸ ਤੇ ਉਹਨਾਂ ਨੂੰ ਨਜ਼ਰਬੰਦ ਕਰਨ ਦੇ। ਸੋ ਫਿਲਹਾਲ ਇਸ ਤੇ ਕੋਈ ਅਧਿਕਾਰਤ ਬਿਆਨ ਤਾਂ ਸਾਹਮਣੇ ਨਹੀਂ ਆਇਆ ਕਿ ਪੁਲਿਸ ਨੇ ਗੁਰਸਿਮਰਨ ਮੰਡ ਨੂੰ ਨਜ਼ਰਬੰਦ ਕੀਤਾ, ਪਰ ਜਿਹੜੀ ਇਹ ਹਾਈ ਵੋਲਟੇਜ ਡਰਾਮੇ ਦੀ ਵੀਡੀਓ ਹੈ ਇਹਨਾਂ ਨੇ ਕਾਫੀ ਜ਼ਿਆਦਾ ਆਡੀਅੰਸ ਨੂੰ ਐਂਟਰਟੇਨ ਕੀਤਾ। ਤੁਸੀਂ ਵੀ ਵੇਖੋ ਜ਼ਰਾ ਇਹ ਵੀਡੀਓ। ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹਾਂ ਗੁਰਪੁਰਬ ਸਿੱਖਾਂ ਦਾ? ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ? ਹਾਂ ਨਹੀਂ 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 ਇੱਕ ਮਿੰਟ, ਤੁਸੀਂ ਖੁਦ ਸਿੱਖ ਹੋ ਕੀ ਫਿਰ ਇਹ ਭਗਵੰਤ ਮਾਨ ਸਰਕਾਰ ਸਿੱਖ ਵਿਰੋਧੀ ਹੈ? ਅੱਜ ਦਸ਼ਮੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਆ। ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੋ ਭਗਵਾਨ ਸ਼੍ਰੀ ਰਾਮ ਜੀ ਦਾ ਪੁਰਬ ਆ 2 ਵਜੇ ਅਸੀਂ ਉੱਥੇ ਜਾਣਾ ਅਤੇ ਤੁਸੀਂ ਆ ਕੇ ਰੋਕਣ ਆ ਗਏ। ਫਿਰ ਆਪਾਂ ਲਿਆਓ ਗੱਲ ਕਰਾਓ, ਕੌਣ ਆ, ਕਿਹੜੀ ਅਥਾਰਟੀ ਆ, ਗੱਲ ਕਰਾਓ ਮੇਰੀ, ਲਿਆਓ ਸਪੀਕਰ ਲਾਓ, ਗੱਲ ਕਰਾਓ। ਹੈਲੋ, ਆ ਫਿਰ ਕਰਿਓ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਵਾਹਿਗੁਰੂ, ਸਤਿ ਸ਼੍ਰੀ ਅਕਾਲ। ਨਹੀਂ ਨਹੀਂ ਦੇਖੋ ਨਾ, ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ? ਦੱਸੋ ਪਹਿਲਾਂ ਮੈਨੂੰ। ਨਹੀਂ ਐਸ ਐਚ ਓ ਸਾਹਿਬ ਕਾਹਦੇ ਵਾਸਤੇ ਆਇਆ ਸੀਗਾ ਜੀ? ਨਹੀਂ ਦੇਖੋ, ਤੁਸੀਂ ਸਕਿਉਰਟੀ ਵਧਾ ਦਿਓ। ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ, ਉਦੋਂ ਮੇਰੀ ਬਾਅਦ 'ਚ ਜਦੋਂ ਗੱਲ ਠੰਡੀ ਪੈ ਗਈ, ਸਕਿਉਰਟੀ ਚੱਕ ਲਈ ਮੇਰੀ। ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ? ਮੈਨੂੰ ਦੱਸ ਦਿਓ ਤੁਸੀਂ ਬਸ। ਨਹੀਂ ਨਹੀਂ ਸੇਫ ਨੂੰ ਮੇਰੇ ਕੋਲ ਦੇਖੋ, ਗ੍ਰਹਿ ਮੰਤਰਾਲੇ ਨੇ ਮੈਨੂੰ, ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22+। ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ? ਮੈਨੂੰ ਕਿਹੜੀ ਖੁਸ਼ੀ ਬੰਦ, ਮੈਂ ਆਪਣੀ ਰੋਟੀ ਪਾਣੀ ਵੀ ਨਹੀਂ ਕਮਾਉਣੀ? ਨਹੀਂ ਸਰ ਦੇਖੋ, ਫਿਰ ਮੈਂ ਮਾਨਯੋਗ ਹਾਈਕੋਰਟ ਜਾਊਂਗਾ, ਮੈਂ ਮਾਨਯੋਗ ਹਾਈਕੋਰਟ, ਤੁਸੀਂ ਫਿਰ ਮੁੱਕਰ ਜਾਣਾ ਉੱਥੇ ਕੋਰਟ 'ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ। ਮੈਂ ਮਾਨਯੋਗ ਹਾਈਕੋਰਟ ਜਾਊਂਗਾ। ਨਹੀਂ ਨਹੀਂ ਅਸੀਂ ਲੈਣੀ ਨਹੀਂ, ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ, ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਅਤੇ ਪੰਜਾਬ ਪੁਲਿਸ ਸਿੱਖ ਵਿਰੋਧੀ ਆ।
ਨਹੀਂ ਜਾਣਾ ਕਿੱਥੇ ਅਸੀਂ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ? ਸਾਡੇ ਘਰੇ ਪੁਲਿਸ ਕਿਹੜੇ ਅਧਿਕਾਰ 'ਚ ਬਿਠਾਈ ਆ ਸਰ? ਨਹੀਂ 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 ਉਹ ਤੁਹਾਡੇ ਨਾਲ ਕਿਤੇ ਲੱਗੇ ਤੁਸੀਂ ਤਾਂ ਬੰਦੇ ਕੱਲ੍ਹ ਵੀ ਏ ਸੀ ਪੀ ਸਾਹਿਬ ਪਰਸੋਂ ਆ ਕੇ ਗਿਆ ਜੀ ਮਨ ਸਾਹਿਬ 26 ਤਰੀਕ ਤੱਕ ਤੂੰ ਘਰੇ ਨਹੀਂ ਬਾਹਰ ਨਿਕਲਣਾ ਜੀ ਕਿਉਂ? ਮੈਂ ਕੋਈ ਅੱਤਵਾਦੀ ਹਾਂ ਜਾਂ ਕੀ ਗੱਲ ਕੀ ਆ? ਨਹੀਂ ਨਹੀਂ ਅਸੀਂ ਸਾਨੂੰ ਕੋਈ ਸਾਨੂੰ ਦੇਖੋ ਸੀ ਪੀ ਸਰ ਨੂੰ ਵੀ ਦੱਸ ਤੁਹਾਡਾ ਫੋਨ ਹੈਂਡ ਫਰੀ ਆ, ਵੀਡੀਓ ਬਣ ਰਹੀ ਆ, ਮੈਂ ਮਾਨਯੋਗ ਹਾਈਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ। ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ, ਮੈਨੂੰ ਤੁਹਾਡੀ ਸਕਿਉਰਟੀ ਨਹੀਂ ਚਾਹੀਦੀ। ਮੁਝੇ ਰੋਕ ਸਕਤੇ ਹੋ? ਬਤਾਈਏ ਸੀ ਆਰ ਪੀ ਸਾਹਿਬ, ਆਪ ਕੇਂਦਰ ਸੇ ਆਏ ਹੋ, ਫਿਰ ਇਹ ਕਿਉਂ ਰੋਕ ਰਹੇ ਹੈ ਜੀ? ਨਹੀਂ ਨਹੀਂ ਆਪ ਕੇਂਦਰ ਸੇ ਆਏ ਹੋ, ਗ੍ਰਹਿ ਮੰਤਰਾਲਾ ਇੰਡੀਆ ਕਾ ਬਹੁਤ ਬੜਾ ਹੈ, ਜੇ ਪੰਜਾਬ ਪੁਲਿਸ ਕਿਉਂ ਰੋਕ ਰਹੀ ਹੈ? ਅਗਰ ਇਨਕੋ ਸੀ ਆਰ ਪੀ ਪੇ ਕੋਈ ਵਿਸ਼ਵਾਸ ਨਹੀਂ ਹੈ, ਜੋ ਗ੍ਰਹਿ ਮੰਤਰਾਲਾ ਹੈ, ਇੱਕ ਸੀ ਆਰ ਪੀ ਬਹੁਤ ਬੜੀ ਹੋਤੀ ਹੈ, ਕੇਂਦਰੀ ਜੋ ਹਮਾਰੇ ਮਾਨਨੀ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜਾਂ ਔਰ ਲੋਕੋਂ ਕੇ ਪਾਸ ਹੈ, ਜਾਂ 22+ ਦੇ ਦਿਆ, ਫਿਰ ਉਨਕੋ ਕੋਈ ਲਿਖਤੀ ਮੇਰੇ ਕੋ ਆਰਡਰ ਦੇ ਦਿਓ, ਮੈਂ ਨਹੀਂ ਜਾਊਂਗਾ। ਲਿਖਤੀ ਤੋਂ ਆਰਡਰ ਮੇਰੇ ਕੋ ਦਿਓ ਨਾ ਕਮ ਸੇ ਕਮ। ਉਹਨਾਂ ਗੱਲ ਕਰੋ ਉਹ ਮਾਰਾ, ਮੈਂ ਕਿਉਂ ਐਸ ਐਚ ਓ ਨਾਲ ਯਾਰ ਗੱਲ ਕਰਾਂ? ਮੈਂ ਕਹਿੰਦਾ ਨੌਕਰ ਨਹੀਂ ਹੈਗਾ, ਭਗਵੰਤ ਮਾਨ ਨੂੰ ਥਰੈਟ ਆਈ ਆ, ਭਗਵੰਤ ਮਾਨ ਕੋਲ ਤਾਂ ਤੁਸੀਂ ਰੁਕਦੇ ਨਹੀਂ, ਡੀ ਜੀ ਪੀ ਗੌਰਵ ਯਾਦਵ ਧਮਕੀ ਆਈ ਆ, ਉੱਥੇ ਗੱਲ ਕਰੋ ਨਾ। ਇੱਕ ਗੁਰਸਿਮਰਨ ਸਿੰਘ ਮਾਨ ਰੁਕਿਆ ਜਾ ਰਿਹਾ, ਆ ਜਾਓ ਮੇਰੇ ਨਾਲ, ਮੈਨੂੰ ਰੋਕ ਲੈ ਦਿਖਾਓ। ਮੈਂ ਨਹੀਂ ਖੜੂੰਗਾ ਯਾਰ, ਮੈਨੂੰ ਯਾਰ ਮੈਂ ਕੋਈ ਅੱਤਵਾਦੀ ਨਹੀਂ ਹੈਗਾ ਯਾਰ, ਮੈਨੂੰ ਥਾਣੇ ਲੈ ਚਲੋ ਯਾਰ, ਥਾਣੇ ਚਲੋ। ਮੈਨੂੰ ਕਿਉਂ ਰੁਕਿਆ ਜਾ ਰਿਹਾ? ਮੈਨੂੰ ਕਿਉਂ ਰੁਕਿਆ ਜਾ ਰਿਹਾ? ਨਹੀਂ ਨਹੀਂ ਐਵੇਂ ਨਹੀਂ ਭਾਅ ਜੀ, ਇਹ ਹਾਈਕੋਰਟ ਦਾ ਮੈਟਰ ਆ, ਹਾਈਕੋਰਟ ਜਾਊ ਮਾਨ ਜੋ, ਹਾਈਕੋਰਟ ਦਾ ਮੈਟਰ ਹੋਊਗਾ ਇਹ। ਨਹੀਂ ਨਹੀਂ ਹਾਈਕੋਰਟ ਜਾਊਗਾ ਨਾ, ਮੈਂ ਏ ਸੀ ਪੀ ਨੂੰ ਤਬਾਦਲਾ ਕਰਾਊਂਗਾ ਮਾਨ ਜੋ ਹਾਈਕੋਰਟ 'ਚ ਜਾ ਕੇ। ਨਹੀਂ ਨਹੀਂ ਕੋਈ ਹਾਂ ਕੋਈ ਨਹੀਂ, ਹਾਂ ਮੈਂ ਹਾਈਕੋਰਟ ਜਾਊਂਗਾ, ਨਹੀਂ ਐਸ ਐਚ ਓ ਸਾਹਿਬ ਨੂੰ ਕਰਾ ਦਿਓ, ਪੰਜਾਬ ਸਰਕਾਰ ਚੱਕ ਲੈਂਦੀ ਹੈ ਜੋ ਕਾਹਦਾ ਬਚਾਅ ਯਾਰ, ਮੈਨੂੰ ਮੈਂ ਖੁਦ ਮਰਨ ਨੂੰ ਤਿਆਰ ਹਾਂ ਯਾਰ, ਮੈਨੂੰ ਨਹੀਂ ਤੁਹਾਡੀ ਪੰਜਾਬ ਕੋਲ ਚਾਹੀਦੀ। ਮਨ ਸਾਹਿਬ ਥੋੜ੍ਹੇ ਬਾਹਰ ਆ ਗਏ ਕਹਿੰਦੇ ਗੁਰਦੁਆਰੇ ਜਾਣਾ ਜੀ, ਰੋਕਿਆ ਸਰ ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ, ਇਹ ਕਹਿੰਦੇ ਮੇਰੀ ਗੱਲ ਕਰਾ ਦਿਓ, ਕੋਲੇ ਖੜੇ ਸੀਗੇ। ਓਕੇ ਅੱਛਾ ਜੀ ਠੀਕ ਆ ਸਰ, ਆ ਜਾਓ ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ, ਮੈਨੂੰ ਲਿਖਤੀ ਆਰਡਰ ਦੇ ਦਿਓ, ਲਿਖਤੀ ਆਰਡਰ ਦਿਓ, ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ, ਅਸੀਂ ਮਾਨਯੋਗ ਹਾਈਕੋਰਟ ਜਾਊਂਗਾ ਮੈਂ। ਮੈਂ ਦੇਖੋ ਜਾਂ ਸਿੱਖ ਵਿਰੋਧੀ ਉਹ ਦੱਸਦਾ ਭਾਈ, ਸਾਡੇ ਪੰਜਾਬ ਵੱਲੋਂ ਸਿੱਖ ਵਿਰੋਧੀ, ਭਗਵੰਤ ਮਾਨ ਸਰਕਾਰ ਸਿੱਖ ਵਿਰੋਧੀ ਹੈ। ਨਹੀਂ ਮੈਨੂੰ ਕਿਉਂ ਰੁਕਿਆ ਯਾਰ? ਮੈਨੂੰ ਸਕਿਉਰਟੀ ਕੀ ਯਾਰ, ਮੇਰੀ ਸਕਿਉਰਟੀ ਆਪਦੀ ਹੈਗੀ ਮੇਰੇ ਸੈਂਟਰ ਦੀ। ਉਹ ਸਰ ਸਰ ਉਹ ਯਾਰ ਆ ਜਾਓ ਯਾਰ, ਤੁਸੀਂ ਯਾਰ ਮੈਨੂੰ ਕਿਉਂ ਰੁਕਿਆ ਯਾਰ, ਇਕੱਲਾ ਹੀ ਆ ਮੈਂ। ਨਹੀਂ ਮੈਨੂੰ ਕਿਉਂ ਰੁਕਿਆ ਯਾਰ, ਦੱਸੋ ਉਹ ਆ ਜਾਓ ਸਰ, ਜਾ ਰਹੀ ਆ ਥੋੜ੍ਹਾ ਬਾਹਰ। ਅਰੇ ਹੁਣ ਮੈਂ ਗੱਬੀ ਸਰ ਨਾਲ ਵੀ ਗੱਲ ਕੀਤੀ, ਇਕੱਲਾ ਮੈਂ ਤਾਂ ਸਪੀਕਰ ਹਾਂ, ਨਹੀਂ ਰੋਕ ਦਿਓ। ਉਹ ਨਹੀਂ ਯਾਰ ਜਾਂਦੇ ਪਿਆ ਨਾਲ ਹੀ ਨੇ, ਆ ਜਾਓ ਰੁਕ ਜਾਓ ਸਰ, ਮੇਰੀ ਗੱਲ ਸੁਣੋ। ਮੈਨੂੰ ਤਾਂ ਯਾਰ ਕਹਿੰਦੇ ਕਿਹੜੀ ਤੁਹਾਡੀ ਰੋਕ ਰਿਹਾ ਮੈਨੂੰ ਯਾਰ, ਸਾਰੀ ਪਬਲਿਕ ਰੋਕ ਲਓ ਤੁਸੀਂ, ਮੈਨੂੰ ਕਿਹੜੀ ਅਥਾਰਟੀ ਦੇ ਦਿਓ ਸਰ।
ਅਥਾਰਟੀ ਦੱਸੋ ਯਾਰ। ਉਹ ਸਰ ਹੈ ਨਹੀਂ, ਮੈਂ ਕੱਲਾ ਜਾਂਦਾ ਨਹੀਂ ਰੁਕਦੇ, ਹੁਣ ਦੱਸੋ ਮੈਂ ਜੀ ਬਦਮਾਸ਼ੀ ਨਾ ਕਰੋ ਮੇਰੇ ਨਾਲ। ਹਾਂ ਅਸੀਂ ਪਬਲਿਕ ਮੈਨ ਆ ਸੀ, ਮੈਨੂੰ ਕਿਹੜੇ ਬੰਦ ਕੀਤੇ ਜਾ ਰਹੇ ਯਾਰ, ਮੇਰਾ ਮੇਰਾ ਭਰੇ ਲੇਖੇ ਦਾ ਵਾਸਤੇ ਮੈਨੂੰ ਕੋਈ ਲੋੜ ਨੀ ਯਾਰ ਮੈਂ ਹਾਈਕੋਰਟ ਜਾਊਂਗਾ। ਮੇਰਾ ਰੋਜ਼ ਹੱਥ, ਮੇਰਾ ਬਦਤਮੀਜ਼ੀ ਹੋ ਰਹੀ ਹੈ ਪੁਲਿਸ ਕਰ ਰਹੀ ਹੈ, ਮੇਰਾ ਰੋਟੀ ਪਾਣੀ ਬੰਦ ਕਰ ਰਹੀ ਹੈ, ਮੈਨੂੰ ਖਰਚਾ ਦਿਓ ਤੁਸੀਂ। ਪੰਜਾਬ ਸਰਕਾਰ ਮੁਰਦਾਬਾਦ। ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ, ਅੱਜ ਸਾਰੇ ਦਰਬਾਰ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਦਾ ਆਗਮਨ ਕਰੂਆ, ਮੈਨੂੰ ਪੰਜਾਬ ਨੂੰ ਮੇਰੇ ਘਰੇ ਲਾ ਦਿੱਤੀ ਗਈ ਆ। ਮੈਨੂੰ ਕਿਹੜੀ ਅਥਾਰਟੀ ਰੋਕ ਰਹੇ ਆ ਜੀ, ਦੱਸੋ ਜੀ। ਮੈਂ ਧਰਨੇ 'ਤੇ ਬਹਿ ਗਿਆ, ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ। ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ, ਜ਼ਬਰਦਸਤੀ ਰੋਕ ਰਿਹਾ, ਧੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਕਿਹਾ ਮੈਨੂੰ ਲਿਖਤੀ ਆਰਡਰ ਦਿਓ, ਮੈਂ ਮਾਨ ਜੋ ਹਾਈਕੋਰਟ ਜਾਊਂਗਾ। ਮੈਨੂੰ ਕਿਹੜੀ ਅਥਾਰਟੀ ਦੱਸਿਆ ਜਾ ਰਿਹਾ, ਦੱਸੋ। ਮੈਨੂੰ ਬੰਦ ਕਰ ਕੀਤਾ ਜਾ ਰਿਹਾ, ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ, ਬਾਅਦ ਮੇਰੀ ਸੁਰੱਖਿਆ ਚੱਕ ਲੈਂਦੇ ਆ। ਇਹ ਕਿਹੜੇ ਡਰਾਮੇ ਆ ਜੀ, ਅਸੀਂ ਰੋਟੀ ਨਾ ਖਾਈਏ, ਦੱਸੋ। ਹੁਣ ਆਪਾਂ ਮੈਂ ਧਰਨੇ ਬਹਿ ਗਿਆ, ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ, ਇਹ ਪੰਜਾਬ ਸਰਕਾਰ ਸਿੱਖ ਵਿਰੋਧੀ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਮੈਨੂੰ ਕਿਹੜੇ ਤੁਹਾਡੀ ਰੋਕਿਆ ਜਾਣਾ, ਦੱਸੋ ਜੀ। ਮੈਨੂੰ ਲਿਖਤੀ ਆਰਡਰ ਦਿਓ, ਸਿਪਾਹੀ ਸਾਹਿਬ ਆ, ਮੈਨੂੰ ਲਿਖਤੀ ਆਰਡਰ ਦਿਓ, ਸੁਸ਼ੀਲ। ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ACP ਸਾਊਥ ਮੁਰਦਾਬਾਦ, ACP ਸਾਊਥ ਮੁਰਦਾਬਾਦ, ACP ਸਾਊਥ ਮੁਰਦਾਬਾਦ। ਮੈਨੂੰ ਪਰਸੋਂ ਦਬਕੇ ਮਾਰਿਆ ਕਰੇ ਆ ਕੇ, ਬਈ ਕਹਿੰਦੇ ਜੀ ਰੋਕੋ, ਅੱਜ ਫਿਰ ਸਿਪਾਹੀ ਸਾਹਿਬ ਦੋਕੇ ਮਾਰਦੇ ਆ, ਮੈਨੂੰ ਕਿਹਾ ਦਬਕੇ ਮਾਰਿਆ ਯਾਰ, ਦੱਸੋ। ਮੈਨੂੰ ਦਬਕੇ ਮਾਰ ਤੁਹਾਡੇ ਕੋਲ ਕਿਹੜਾ ਅਧਿਕਾਰ ਆ, ਮੈਂ ਕੋਈ ਅੱਤਵਾਦੀ ਆ, ਮੈਂ ਕੋਈ ਚੋਰ ਆ, ਮੈਂ ਗੈਂਗਸਟਰ ਆ, ਮੈਨੂੰ ਦੱਸੋ। ਭਗਵੰਤ ਮਾਨ ਸਰਕਾਰ ਕੋਲ 150 ਗੱਡੀਆਂ ਸਰਕਾਰ ਚੱਲਦੀ ਪਈ ਆ, ਭਗਵੰਤ ਮਾਨ ਸਰਕਾਰ ਬੋਲੇ
150 ਗੱਡੀ ਚੱਲਦੀ ਪਈ ਆ ਸਾਡੇ ਕੋਲ, ਜੇ 10 ਗਨਮੈਨ ਸਾਡੇ ਚੱਕ ਲਏ, ਨਾਲ 7 ਗਨਮੈਨ ਚੱਕ ਲਏ, ਇਹ ਕਿਹੜੀ ਅਥਾਰਟੀ ਚੱਕ ਰਹੇ ਆ? ਹਰ ਵਾਰ ਮੈਨੂੰ ਆ ਕੇ ਬੰਦ ਕੀਤਾ ਜਾ ਰਿਹਾ ਘਰੇ, ਮੈਂ ਵੀ ਰੋਟੀ ਪਾਣੀ ਕਮਾਉਣੀ ਆ, ਮੈਂ ਭੁੱਖਾ ਮਰ ਜਾਵਾਂ? ਮੈਨੂੰ ਜ਼ਹਿਰ ਦੇ ਕੇ ਮਾਰ ਦੇਵੇ ਪੰਜਾਬ ਪੁਲਿਸ, ਮੈਨੂੰ ਜ਼ਹਿਰ ਦੇ ਕੇ ਮਾਰੇ ਪੰਜਾਬ ਪੁਲਿਸ, ਮੈਨੂੰ ਜ਼ਹਿਰ ਦੇ ਕੇ ਮਾਰ ਦੇਵੇ, ਮੈਨੂੰ ਗੋਲੀ ਮਾਰ ਦੇਵੇ, ਜੇ ਇਨਕਾਊਂਟਰ ਵੀ ਪੁਲਿਸ ਗੋਲੀ ਮਾਰਦੇ ਆ ਤਾਂ ਮੇਰੇ ਵੀ ਗੋਲੀ ਮਾਰ ਦੇਵੇ, ਇਹ ਰੋਜ਼ ਰੋਜ਼ ਟਾਂਟਾ ਖਤਮ ਹੋ ਜਾਊਗਾ ਇਹਨਾਂ ਦਾ, ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੇਵੇ, ਅਸੀਂ ਉੱਚੂ ਤੱਕ ਨਹੀਂ ਕਰਾਂਗੇ, ਗੋਲੀ ਮਾਰ ਦਿਓ ਮੈਨੂੰ। ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਗੁਰੂ ਘਰ ਹੈ, ਸਾਰੀ ਦੁਨੀਆ ਮਨਾ ਰਹੀ ਆ, ਪਰ ਸਾਡੇ ਤੇ ਬੰਦਿਸ਼ ਲਾਤੀ, ਲੋਹੜੀ ਨੂੰ ਬਾਹਰ ਨਾ ਜਾਓ ਜੀ, ਫਲਾਣਾ ਨਾ ਕਰੋ ਜੀ, ਤੁਸੀਂ ਮਰ ਜਾਓਗੇ ਜੀ, ਅਸੀਂ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਹਾਂ, ਸਾਡੇ ਫੌਜੀ ਜਵਾਨ ਦੇਸ਼ ਬਾਰਡਰਾਂ 'ਤੇ ਸ਼ਹੀਦ ਹੋ ਰਹੇ ਆ, ਜੇ ਅਸੀਂ ਮਰ ਜਾਵਾਂਗੇ ਫਿਰ ਕੀ ਇੱਥੇ ਕੋਈ ਆਫਤ ਆ ਜੂਗੀ? ਇਹ ਜ਼ਬਰਦਸਤੀ ਕੀਤੀ ਜਾ ਰਹੀ ਆ, ਮੈਂ ਮਾਨ ਜੋ ਹਾਈਕੋਰਟ ਵਿੱਚ ਕੇਸ ਪਾਊਂਗਾ, ਮੇਰੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਆ। ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਆ ਸੀ ਆਰ ਪੀ ਸਾਹਿਬ ਨੂੰ ਪੁੱਛ ਲਓ, ਜਿਹੜੀ ਕੇਂਦਰ ਦੀ ਖੜੀ ਆ, ਇਹਨਾਂ ਨੂੰ ਆਰਡਰ ਹੈਗਾ ਬੰਦ ਕਰਨ ਦਾ? ਇਹਨੂੰ ਪੁੱਛੋ ਪਹਿਲਾਂ, ਮੈਨੂੰ ਕੋਈ ਜ਼ਬਰਦਸਤੀ ਬੰਦ ਕੀਤਾ? ਸਰਦਾਰ ਕਲਤਾਰ ਸਿੰਘ, ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ, ਕਿਉਂ ਮੈਨੂੰ ਬੰਦ ਕੀਤਾ ਯਾਰ ਘਰੇ ਜੀ? ਮੈਂ ਤਾਂ ਨਹੀਂ ਬੰਦ ਕੀਤਾ। ਨਹੀਂ ਤੁਸੀਂ ਆਏ ਹੋ ਨਾ? ਮੈਂ ਬੰਦ ਕੀਤਾ ਨਹੀਂ, ਕਿਸੇ ਨੇ ਕਿਹਨੇ ਬੰਦ ਕੀਤਾ? ਦੱਸੋ ਜੀ, ਇਹ ਸਾਡੇ ਭਾਈ ਸਾਹਿਬ ਕਹਿ ਰਹੇ ਬੰਦ ਕਰਨਾ ਜੀ, ਕਿੰਨੇ ਰੁਪਏ ਆ ਰਹੇ ਆ? ਤੁਸੀਂ ਮੈਨੂੰ ਸਾਰੇ ਬੰਦੇ ਤਨਖਾਹ ਦਿਓ ਸਾਰੇ ਮੈਨੂੰ ਪਹਿਲਾਂ।